ਪੁਰਾਣੀਆਂ ਚੀਜ਼ਾਂ ਦੇ ਵਿੱਚ ਇੰਨੀ ਜਾਣਕਾਰੀ ਇੰਨਾ ਜ਼ਿਆਦਾ ਉਹ ਜ਼ਖੀਰਾ ਹੈ ਸਾਡੇ ਇਤਿਹਾਸ ਦਾ ਕਿ ਕਈ ਵਾਰ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਕੋਲ ਆਪਣੇ ਘਰ ਦੇ ਵਿੱਚ ਜਾਂ ਸਾਡੇ ਜੱਦੀ ਘਰ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਘਰ ਹੈ ਜਿੱਥੇ ਹੋ ਸਕਦਾ ਕਈ ਸਾਲਾਂ ਤੋਂ ਹੁਣ ਕੋਈ ਫੁੱਲ ਟਾਈਮ ਰਹਿੰਦਾ ਨਾ ਹੋਵੇ ਉੱਥੇ ਕਈ ਵਾਰ ਸੰਦੂਕਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬੰਦ ਪਈਆਂ ਨੇ ਜਿਨ੍ਹਾਂ ਨੂੰ ਜਦੋਂ ਤੁਸੀਂ ਫਿਰ ਵੇਖਦੇ ਹੋ ਫਿਰ ਤੁਹਾਨੂੰ ਉਹਨਾਂ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਪਰ ਉਹਦੇ ਲਈ ਟਾਈਮ ਕੱਢਣਾ ਤੇ ਉਸ ਚੀਜ਼ ਵੱਲ ਫੋਕਸ ਕਰਨਾ ਜ਼ਰੂਰੀ ਹੁੰਦਾ ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਨਾਲ ਅ ਜਸਸੀ ਤਨ ਜੁਡੀ ਸ਼ਾਮਲ ਹੋ ਰਹੇ ਨੇ ਜਿਹੜੇ ਕੀ ਹਿਊਮਨ ਰਾਈਟਸ ਲਾਇਰ ਨੇ ਸਨੀ ਖਰੋੜਜੀ ਸ਼ਾਮਲ ਹੋ ਰਹੇ ਨੇ ਵਰਲਡ ਵਾਰ ਹਿਸਟੋਰੀਅਨ ਨੇ ਤੇ ਰਾਜ ਸਿੰਘ ਪੰਡਾਲ ਜੀ ਸ਼ਾਮਲ ਹੋ ਰਹੇ ਨੇ ਜਿਹੜਾ ਇਹ ਸਾਰਾ ਦਾ ਸਾਰਾ ਇਨੀਸ਼ੀਏਟਿਵ ਆ ਇਹਦੀਆਂ ਤੰਦਾਂ ਨੂੰ ਜੋੜਨ ਵਾਲੇ ਤੇ ਇਹਦੀ ਫਰਦਰ ਇਹਨਾਂ ਸਾਰੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਾਲੇ ਇਹ ਜਿਹੜੇ ਤਿੰਨੋਂ ਸ਼ਖਸ ਨੇ ਇਸ ਵੇਲੇ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ vanjara nomad.com so w a n j a r a n o m a d.com ਇਸ ਨਾਮ ਦਾ ਇੱਕ ਪੋਰਟਲ ਹੈ ਇਸ ਪੋਰਟਲ ਦੇ ਉੱਪਰ ਇਤਿਹਾਸ ਦੇ ਝਰੋਖੇ ਚੋਂ ਪਛੋਕੜ ਸੰਬੰਧੀ ਅਜਿਹੇ ਖਜ਼ਾਨਾ ਤੁਹਾਨੂੰ ਮਿਲੇਗਾ ਜਿਹਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਹਾਸਲ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਗੁੱਡ ਮਾਰਨਿੰਗ ਜੈਂਟਲਮੈਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਵਨ ਬਾਈ ਵਨ ਗੱਲ ਸ਼ੁਰੂ ਕਰੀਏ ਜੀ ਰਾਜਪੰਡਾਲ ਜੀ ਤੁਹਾਡੇ ਤੋਂ ਮੈਂ ਗੱਲ ਸ਼ੁਰੂ ਕਰਨੀ ਚਾਹੁੰਨਾ ਵਣਜਾਰਾ ਨੋਮੈਡ .com ਜੀ ਜੇ ਤੁਸੀਂ ਇਹਦਾ ਇੱਕ ਸੰਖੇਪ ਤੇ ਵਿੱਚ ਲੋਕਾਂ ਨੂੰ ਦੱਸਣਾ ਹੋਵੇ ਕਿ ਮਕਸਦ ਕੀ ਹੈ ਇਸ ਪੋਰਟਲ ਦਾ ਤੇ ਕਹੋ ਜੀ ਜਾਣਕਾਰੀ ਹੈ ਜਿਹੜੀ ਲੋਕਾਂ ਨੂੰ ਮਿਲੇ ਕਿ ਜੋ ਆਪਣੇ ਕੋਲ ਪੁਰਾਣਾ ਜੋ ਕੁਝ ਵੀ ਪਿਆ ਹੋਇਆ ਆਪਣੇ ਬਜ਼ੁਰਗਾਂ ਦਾ ਉਹ ਆਪਾਂ ਸਾਹਮਣੇ ਦੀ ਕੋਸ਼ਿਸ਼ ਕਰੀਏ ਜੀ ਉਹ ਕਿਤਾਬਾਂ ਹੋ ਸਕਦੀਆਂ ਨੇ ਕੋਈ ਉਹਨਾਂ ਦੇ ਪੁਰਾਣੀਆਂ ਵਸਤਾਂ ਹੋ ਸਕਦੀਆਂ ਨੇ ਕੋਈ ਪਾਠ ਕਰਨ ਦੀਆਂ ਉਹਦੀ ਸਮਗਰੀ ਹੋ ਸਕਦੀ ਹੈ ਜੀ ਗੁਟਕਾ ਸਾਹਬ ਹੋ ਸਕਦੇ ਨੇ ਕੋਈ ਪੁਰਾਣੇ ਚਰਖੇ ਹੋ ਸਕਦੇ ਨੇ ਪੱਖੀਆਂ ਹੋ ਸਕਦੀਆਂ ਨੇ ਜੋ ਵੀ ਤੁਹਾਡਾ ਜੋ ਵੀ ਤੁਹਾਨੂੰ ਜ਼ਰੂਰੀ ਲੱਗਦਾ ਉਹਨੂੰ ਸਾਂਭੋ ਕਿਉਂਕਿ ਜਿਹੜੀਆਂ ਅਗਲੀਆਂ ਜਨਰੇਸ਼ਨ ਹੋ ਸਕਦਾ ਆਪਣੇ ਲਈ ਉਹ ਹੱਲੇ ਆਪਾਂ ਨੂੰ ਮਹਿਸੂਸ ਨਾ ਹੁੰਦਾ ਹੋਵੇ ਕਿ ਉਹਦੀ ਅਹਿਮੀਅਤ ਕੀ ਆ ਹਮ ਪਰ ਜਦੋਂ ਦੂਸਰੀ ਜਾਂ ਤੀਸਰੀ ਪੀੜੀ ਨੇ ਆਉਣਾ ਔਰ ਪਿੱਛੇ ਨੂੰ ਦੇਖਣਾ ਆ ਕੇ ਫਿਰ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬੜੀ ਅਹਿਮੀਅਤ ਮਹਿਸੂਸ ਹੋਣੀ ਆ ਔਰ ਉਹ ਰੀਅਲਾਈਜੇਸ਼ਨ ਹੋਏਗੀ ਉਹਨਾਂ ਨੂੰ ਜਿਹੜੀ ਉਹ ਗੱਲ ਹੁੰਦੀ ਹੈ ਨਾ ਕਹਿੰਦੇ ਕਈ ਵਾਰੀ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਹਰ ਕੋਈ ਕਹਿੰਦਾ ਨਾ एवरीवन वांट्स योर ਵਿੰਡੋ ਇੰਟੂ ਦਾ ਫਿਊਚਰ ਹਾਂਜੀ ਵੀ ਭਵਿੱਖ ਵਾਲ ਦੇਖੀਏ ਪਰ ਤੁਸੀਂ ਕਿੱਥੇ ਜਾਣਾ ਉਹਦੇ ਲਈ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਵੀ ਤੁਸੀਂ ਆਏ ਕਿੱਥੋਂ ਬਿਲਕੁਲ ਹੈ ਨਾ ਆਪਣੀਆਂ ਜੜ੍ਹਾਂ ਬਾਰੇ ਪਤਾ ਹੋਣਾ ਜ਼ਰੂਰੀ ਆ ਬਿਲਕੁਲ ਅੱਛਾ ਜਿਹੜਾ ਇਹ ਪੋਰਟਲ ਹੈ ਇਹ ਦੱਸਿਓ ਜਿਸੀ ਤਨ ਜੂਜੀ ਤੁਹਾਰ ਨਾਲ ਤੁਹਾਨੂੰ ਪੁੱਛਣਾ ਚਾਹਾਂਗਾ देयर इज ਅ ਬੁੱਕ ਔਨ ਥਿਸ ਪੋਰਟਲ ਜਿਹੜੀ ਤੁਹਾਡੇ ਕੋਲ ਅਵੇਲੇਬਲ ਹੈ ਜਿਹੜੀ 1700 ਕਿਹੜੇ ਸਾਲ ਦੀ 250 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਕਿਤਾਬ ਹੈ ਉਹ ਇੱਕ ਬੁੱਕ ਨਹੀਂ ਭਾਈ ਬੁੱਕਾਂ ਤਾਂ ਸਾਡੇ ਕੋਲ ਬਥੇਰੀਆਂ ਆਂ ਜਿੰਨਾ 1800 1700 ਜਿਹੜਾ ਤੁਸੀਂ ਹੁਣੇ ਕਿਹਾ ਸੀ ਹਿਸਟਰੀ ਦੇ ਵਿੱਚ ਜੇ ਸਾਨੂੰ ਅੱਜ ਕੱਲ ਦਾ ਕੁਝ ਪਤਾ ਨਹੀਂ ਪਿਛਲਾ ਦੇਖਣਾ ਪੈਣਾ ਇਹ ਪਿਛਲਾ ਪੋਰਟਲ ਮਤਲਬ ਸਾਰੀਆਂ ਜਿਹੜੀ ਚੀਜ਼ਾਂ ਕਿਹਾ ਤੋ ਮੈਨਰਲਸ ਹੋਵੇ ਕਿਤਾਬਾਂ ਹੋਵੇ ਇਸ ਚੀਜ਼ਾਂ ਮੈਂ ਇੱਥੇ ਜੰਮਿਆ ਕੈਨੇਡਾ ਦਾ ਇਹ ਚੀਜ਼ਾਂ ਇਸ ਟ੍ਰੈਜਰਸ ਤੋਂ ਬਿਨਾ ਮੈਨੂੰ ਪਿਛਲਾ ਕੁਝ ਨਹੀਂ ਪਤਾ ਮੇਰਾ ਕੰਮ ਹੈਗਾ ਹਿਊਮਨ ਰਾਈਟਸ ਲਾਅ ਦੇ ਵਿੱਚ ਜੀ ਪਰ ਜੇ ਮੈਨੂੰ ਆਪ ਨੂੰ ਪਤਾ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਕਿ ਮੈਂ ਇੱਥੇ ਕਿੱਦਾਂ ਪਹੁੰਚਿਆ ਇਹ ਚੀਜ਼ਾਂ ਪੜਨ ਦੇ ਨਾਲ ਮੈਨੂੰ ਇੰਨੀ ਸਮਝ ਆ ਗਈ ਇੰਨੀ ਪੈਸ਼ਨ ਦੇ ਵਿੱਚ ਆਪਾਂ ਇਕੱਠੇ ਜਰਨੀ ਲੈਂਦੇ ਵੇ ਇੱਕ ਨਾ ਕਿਤਾਬ ਮੈਨੂੰ ਆਕੇ ਰਾਜਪਾਜੀ ਨੇ ਜਦੋਂ ਦਿਖਾਈ ਇਹ ਆਈ ਥਿੰਕ ਬੁੱਕ ਹੈਗੀ ਆ 1834 ਦੀ ਸਿੱਖ ਪਾਵਰ ਇਨ ਦ ਔਰੀਜਿਨ ਆਫ ਦ ਸਿੱਖ ਪਾਵਰ ਇਨ ਦ ਪੰਜਾਬ ਐਂਡ ਪੋਲੀਟੀਕਲ ਲਾਈਫ ਆਫ ਲਾਈਫ ਆਫ ਮਹਾਰਾਜਾ ਰਣਜੀਤ ਸਿੰਘ ਉਦਿਸ ਮਹਾਰਾਜਾ M U H A ਮਹਾਰਾਜਾ ਤੇ ਰਣਜੀਤ ਸਿੰਘ ਜੀ ਦੇ ਸਪੈਲਿੰਗ R U N J E E T ਅੰਦਾ ਲਿਖੇ ਹੋਏ ਨੇ 1834 ਦੀ ਬੁੱਕ ਹੈ ਜੀ ਇਹ ਸੋ ਇਹ ਦੱਸਿਓ ਜੀ ਸਨਨੀ ਜੀ ਜਿਹੜੀਆਂ ਇਹ ਕਿਤਾਬਾਂ ਨੇ ਇਹਨਾਂ ਨੂੰ ਸੋਰਸ ਕਰਨ ਦਾ ਸਿਲਸਿਲਾ ਸ਼ੁਰੂ ਕਿਵੇਂ ਹੋਇਆ ਆਈਡੀਆ ਜਨਰੇਟ ਕਿਦਾਂ ਹੋਇਆ ਇਹ ਐਕਚੁਅਲੀ ਮੁਹਿੰਮ ਜਿਹੜੀ ਇਹ ਸ਼ੁਰੂ ਕੀਤੀ ਆ ਉਹਦਾ ਤਾਂ ਰਾਜਪਾਈ ਨੂੰ ਇਹਦਾ ਕਾਫੀ ਸ਼ਰੇਹ ਜਾਂਦਾ ਜੀ ਪਰ ਅਸੀਂ ਹਿਸਟਰੀ ਇੱਕ ਤਰ੍ਹਾਂ ਨਾਲ ਕਹੇ ਲੋ ਵੀ ਬਫਸ ਨੇ ਹਿਸਟਰੀ ਹਿਸਟਰੀ ਦੇ ਬਾਰੇ ਆਪਣੀ ਹਿਸਟਰੀ ਨੂੰ ਕਲੈਕਟ ਕਰਕੇ ਰੱਖਣਾ ਜੀ ਤੇ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਸੀਗੀ ਸ਼ੁਰੂ ਤੋਂ ਹੀ ਹਿਸਟਰੀ ਦੀ ਬਹੁਤ ਜ਼ਿਆਦਾ ਅਹਿਮੀਅਤ ਸਾਰੇ ਸਾਡੇ ਸਾਰਿਆਂ ਦੀ ਇੱਕ ਚੀਜ਼ ਸਾਨੂੰ ਇੱਕ ਕਨੈਕਟ ਕਰਦੀ ਹੈ ਸਿੱਖ ਹਿਸਟਰੀ ਜਿਹੜੀ ਆ ਤੇ ਸਲੋਲੀ ਕਿੱਥੋਂ ਕਲੈਕਟ ਹੋਈਆਂ ਇਹ ਡਿਫਰੈਂਟ ਪਲੇਸਸ ਤੋਂ ਜਿੱਦਾਂ ਆਪਕੇ ਜਿਹੜੇ ਹੈਗੇ ਆ ਆਪਣੇ ਸੋਰਸਸ ਜਿਹਦਾ ਸਦਬੀਸ ਹੋ ਗਈ ਉਥੋਂ ਲਈਆਂ ਅੱਛਾ ਜੀ ਤੇ ਆਕਸ਼ਨ ਹਾਊਸਸ ਆਕਸ਼ਨ ਹਾਊਸਸ ਤੋਂ ਤੇ ਕੁਝ ਇਹੋ ਜਿਹੀਆਂ ਜਗ੍ਹਾ ਤੋਂ ਲਈਆਂ ਜਿਹੜੀਆਂ ਕਿ ਪ੍ਰਾਈਵੇਟਲੀ ਵੀ ਐਕਵਾਇਰ ਕੀਤੀਆਂ ਜੀ ਤੇ ਇਹ ਪਰ ਇਹਨਾਂ ਦਾ ਜਿਹੜਾ ਮੇਨ ਮਕਸਦ ਸਿਗਾ ਸਾਡਾ ਵੀ ਜਿਹੜੀ ਪੰਜਾਬ ਦੀ ਜਿਹੜੀ ਹਿਸਟਰੀ ਆ ਜਿਹੜੀ ਸਾਡੀ ਆਪਣੀ ਜਿਹੜੀ ਹਿਸਟਰੀ ਆ ਉਹਨੂੰ ਕਿਸੇ ਤਰ੍ਹਾਂ ਨਾਲ ਪ੍ਰੀਜ਼ਰਵ ਕਰੀਏ ਉਹਨੂੰ ਲਰਨ ਕਰੀਏ ਤੇ ਉਹਨੂੰ ਸ਼ੇਅਰ ਕਰੀਏ ਜੀ ਕਿਉਂਕਿ ਜਿਹੜਾ ਵੰਜਾਰਾ ਨੋਮੈਡਸ ਦਾ ਜਿਹੜਾ ਮੇਨ ਮਕਸਦ ਆ ਜਿਹੜਾ ਸਾਡੀ ਸਾਡੀ ਜਿਹੜੀ ਉਹਦੀ ਵਿਜਨ ਆ ਉਹ ਹੈ ਪ੍ਰੀਜ਼ਰਵ ਲਰਨ ਸ਼ੇਅਰ ਸਿੱਖ ਹਿਸਟਰੀ ਥੈਟਸ ਵਾਹ ਵੀ ਆਫਟਰ ਸੋ ਬੁక్స్ ਦੀ ਗੱਲ ਜਿਵੇਂ ਸਨੀ ਜੀ ਦੱਸ ਰਹੇ ਸੀ ਕਿ ਬੁక్స్ ਇਹਦੇ ਵਿੱਚ ਹੈਗੀਆਂ ਨੇ ਇਹਦੇ ਵਿੱਚ ਹੋਰ ਮੈਮੋਰੀਬਿਲੀਆਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਕਿੱਥੋਂ ਕਿੱਥੋਂ ਕਲੈਕਟ ਕੀਤੀਆਂ ਕੈਨ ਯੂ ਗਿਵ ਅ ਸਮ ਐਗਜ਼ੈਪਲਸ ਵੀ ਕਿੱਥੇ ਕਿੱਥੇ ਗਏ ਕਿਹੜੇ ਕਿਹੜੇ ਮੁਲਕਾਂ ਦੇ ਵਿੱਚੋਂ ਜਾਂ ਉਹ ਇੱਕ ਵਾਟ ਵਾਸ ਦ ਮੋਸਟ ਅਨਐਕਸਪੈਕਟਿਡ ਪਲੇਸ ਜਿੱਥੋਂ ਤੁਹਾਨੂੰ ਕੋਈ ਅਜੀਹੀ ਚੀਜ਼ ਮਿਲ ਗਈ ਤੁਹਾਨੂੰ ਲੱਗਿਆ ਵੀ ਇੱਥੋਂ ਮੈਨੂੰ ਉਮੀਦ ਨਹੀਂ ਸੀ ਕਿ ਆਈ ਕੁੱਡ ਆਈ ਵਾਸ অর ਆਈ ਕੁੱਡ ਫਾਈਂਡ ਥਿਸ ਮਟੀਰੀਅਲ ਫਰਮ ਥਿਸ ਪਲੇਸ ਜੀ ਇੱਕ ਆਪਣੇ ਡਾਊਨਟਾਊਨ ਵੈਨਕੂਵਰ ਚ ਸਟੋਰ ਹੈ ਜੀ ਉਹ ਮੈਕਲੌਇਡਜ਼ ਹੈ ਉਹਦਾ ਨਾਮ ਨਾ ਅੱਛਾ ਜੀ ਸੋ ਜਦੋਂ ਮੈਂ ਉਹਨਾਂ ਦੇ ਓਨਰ ਡੌਨ ਨੇ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੁਹਾਡੇ ਕੋਲ ਕੁਝ ਪੰਜਾਬੀ ਜਾਂ ਸਿੱਖ ਇਤਿਹਾਸ ਦੇ ਰਿਲੇਟਿਡ ਕੁਝ ਹੈਗਾ ਹੂੰ ਉਹ ਕਹਿੰਦੇ ਵੀ ਸੜਕ ਦੇ ਦੂਜੇ ਪਾਸੇ ਸਾਡਾ ਕੋਈ ਇੱਕ ਸਟੋਰੇਜ ਹੈ ਹੂੰ ਔਰ ਉੱਥੇ ਪਿਆ ਪਰ ਇਟਸ ਨਾਟ ਓਪਨ ਫਰ ਪਬਲਿਕ अच्छा दे दे जी ਤੇ ਪਰ ਪਤਾ ਨਹੀਂ ਕਿਉਂ ਕਹਿੰਦੇ ਚਲੋ ਮੈਂ ਤੈਨੂੰ ਲੈ ਕੇ ਚੱਲਦਾ ਉੱਥੇ। ਤੋਂ ਜਦੋਂ ਉਹ ਮੈਨੂੰ ਉੱਥੇ ਲੈ ਕੇ ਗਏ ਮੈਂ ਦੇਖਣ ਲੱਪਿਆ ਤੇ ਇੱਕ ਨੀਲੀ ਜिल्ਦ ਦੇ ਵਿੱਚ ਇੱਕ ਕਿਤਾਬ ਪਈ ਹੋਈ। ਹੂੰ ਤੇ ਜਦੋਂ ਉਹਨੂੰ ਮੈਂ ਦੇਖਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਵੋਲੀਅਮ ਜਿਹੜੇ ਡਾਕਟਰ ਗੋਪਾਲ ਸਿੰਘ ਉਹਨਾਂ ਨੇ ਲਿਖੇ ਵੈਨਕੂਵਰ ਚ ਪਈ ਸੀ। ਹਾਂਜੀ ਉਹ ਵੈਨਕੂਵਰ ਚ ਤੇ ਉਹ ਬੜੀ ਹੈਰਾਨੀ ਹੋਈ ਮੈਨੂੰ। ਜੀ। ਜੀ। ਤੋਂ ਉਹਨਾਂ ਨੂੰ ਮੈਂ ਪੁੱਛਿਆ ਵੀ ਇਹ ਇਹ ਦੀ ਸੇਵਾ ਕੀ ਆ ਜਾਂ ਪ੍ਰਾਈਸ ਕੀ ਆ ਉਹ ਕਹਿੰਦੇ ਮੈਨੂੰ ਪਤਾ ਨਹੀਂ ਹਾਊ ਡਿਡ ਇਟ ਗੈਟ ਹੇਅਰ ਹਾਂਜੀ ਸੋ ਮੈਨੂੰ ਈ ਵੀ ਨਹੀਂ ਪਤਾ ਵੀ ਇਹਦਾ ਮੈਂ ਤੇਤੋਂ ਕੀ ਲਵਾਂ ਸੋ ਜਿੰਨਾ ਮੈਂ ਕਹ ਦੱਸ ਦਿਓ ਜੋ ਵੀ ਹੈਗਾ ਸੋ ਉਹਨਾਂ ਨੇ ਆਪਣੇ ਸਮਝ ਮੁਤਾਬਕ ਮੈਨੂੰ ਦੱਸ ਦਿੱਤਾ ਤੇ ਜਦੋਂ ਮੈਂ ਘਰ ਆ ਗਿਆ ਤੇ ਮੈਂ ਦੇਖਿਆ ਤੇ ਉਹਦੇ ਉੱਪਰ ਛੋਟਾ ਜਿਹਾ ਸਟicker ਲੱਗਾ ਹੋਇਆ ਡਾਕਟਰ ਕੁਲਦੀਪ ਗਿੱਲ ਹਮ ਮਿਸ਼ਨ ਤੋਂ ਜੀ ਸੋ ਮੈਂ ਸੋਚਿਆ ਸ਼ਾਇਦ ਫੈਮਿਲੀ ਡਾਕਟਰ ਨੇ ਜਾਂ ਕਿਦਾਂ ਪਰ ਜਦੋਂ ਉਹਨਾਂ ਨੂੰ ਮੈਂ ਸਰਚ ਕੀਤਾ Google ਤੇ ਤੇ ਉਹ ਸੋਸ਼ਲ ਐਨਥਰੋਪੋਲੋਜੀ ਕੀਤੀ ਹੋਈ ਉਹਨਾਂ ਨੇ UBC ਤੋਂ ਜੀ ਐਂਡ ਸ਼ੀ ਇਸ ਆਲਸੋ ਪੋਇਟ ਜੀ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਨ 2009 ਅੱਛਾ ਜੀ ਸੋ ਉਹ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਇਹ ਉੱਥੇ ਕਿੱਦਾਂ ਪਹੁੰਚ ਗਏ ਫਿਰ ਮੈਂ ਦੁਬਾਰਾ ਉਹਨਾਂ ਕੋਲ ਗਿਆ ਜੀ ਫਿਰ ਉਹ ਦੋ ਪੋਇਟਰੀ ਦੀਆਂ ਧਰਮ ਰਸਾ ਤੇ ਇੱਕ ਉਹਨਾਂ ਦੀ ਹੋਰ ਹੈ ਪੋਇਟਰੀ ਦੀ ਉਹ ਮੈਂ ਲੈ ਕੇ ਆਇਆ ਉਹਨਾਂ ਕੋਲੋਂ ਫਿਰ ਥੋੜਾ ਮੈਂ ਉਹਨਾਂ ਬਾਰੇ ਪੜਿਆ ਪਰ ਇੱਕ ਜਿਹੜਾ ਅਫਸੋਸ ਇਹ ਹੋਇਆ ਵੀ 2009 ਚ ਡੈਥ ਹੋਈ ਤੇ ਮੈਂ ਮਿਲ ਨਹੀਂ ਸਕਿਆ ਉਹਨਾਂ ਨੂੰ ਹੂੰ ਸੋ ਉਹ ਉਹ ਜੀ ਬੜੀ ਹੈਰਾਨੀ ਦੂਸਰੀ ਯਾਰ ਜਿਸ ਮੇਕੇ ਸ਼ੋਰ ਵੀ ਸਾਡੇ ਦਾਦੀ ਜੀ ਜਦੋਂ ਪੰਜਾਬ ਤੋਂ ਆਏ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਮੈਂ ਪੁੱਤਰ ਲਈ ਕੀ ਲੈ ਕੇ ਆਵਾ ਹਾਂਜੀ ਤੇ ਸਾਡੇ ਪਰਦਾਦਾ ਜੀ ਸਰਦਾਰ ਰਤਨ ਸਿੰਘ ਉਹ ਕਨੇਸ਼ ਤੋਂ ਲੁਧਿਆਣੇ ਤੋਂ ਉਹਨਾਂ ਦੀ ਇੱਕ ਸਿਮਰਨੀ ਸੀਗੀ ਸਰਬਲੋ ਦੀ ਮੈਂ ਕਿਹਾ ਜੀ ਮੈਨੂੰ ਉਹ ਚਾਹੀਦੀ ਹੈ ਹੂੰ ਉਹ ਕਹਿੰਦੇ ਵੀ ਬਾਕੀ ਸਾਰੇ ਕੁਛ ਨਾ ਕੁਛ ਮੰਗ ਰਹੇ ਨੇ ਕੋਈ ਕੱਪੜੇ ਮੰਗ ਰਹੇ ਨੇ ਮੈਂ ਕਿਹਾ ਜੀ ਮੇਰੇ ਲਈ ਤਾਂ ਉਹੀ ਬਹੁਤ ਹੈ ਉਹ ਜਿਹੜੀ ਸਾਰਿਆਂ ਤੋਂ ਮੇਰੇ ਕੋਲ ਕੀਮਤੀ ਚੀਜ਼ ਹੈ ਉਹ ਸਾਡੇ ਪਰਦਾਦਾ ਜੀ ਸਰਦਾਰ ਰਤਨ ਸਿੰਘ ਦੀ ਸਿਮਰਣੀ ਹੈ ਉਹ 108 ਮਣਕੇ ਨੇ ਉਹਦੇ ਵਿੱਚ ਹੂੰ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਹੈਗੀਆਂ ਜਿਹੜੀਆਂ ਮੈਨੂੰ ਕਹਾਣੀਆਂ ਬਣ ਗਈਆਂ ਨੇ ਹੁਣ ਨਾ ਜੀ ਸੋ ਉਹ ਜਿਹੜੀਆਂ ਸ਼ੇਅਰ ਹਾਂ ਬਾਈਕੋ ਇਹ ਤਾਂ ਦੇਖੋ ਵੀ ਇਤਫਾਕਨ ਤੁਸੀਂ ਜਾ ਕੇ ਪੁੱਛਿਆ ਤੇ ਫਿਰ ਪਤਾ ਲੱਗਾ ਪਰ ਕੋਈ ਅਜਿਹਾ ਸੋਰਸ ਵੀ ਹੈਗਾ ਜਿੱਥੇ ਤੁਸੀਂ ਜਿਵੇਂ ਰੈਗੂਲਰਲੀ ਜੇ ਚੈੱਕ ਕਰਦੇ ਰਹੋ ਜਿਵੇਂ ਤੁਸੀਂ ਦੱਸਿਆ ਵੀ ਸੌਫਟ ਬੀਜ਼ ਆਕਸ਼ਨ ਹਾਊਸਿਸ ਹੈਗੇ ਨੇ Uh, you must have traveled far and wide ਦੁਨੀਆ ਦੇ ਹੋਰ ਕਿਹੜੇ ਕਿਹੜੇ ਹਿੱਸਿਆਂ ਤੋਂ ਆਕਸ਼ਨ ਹਾਊਸਸ ਦੇ ਵਿੱਚੋਂ ਜਾ ਕੇ ਇਹ ਮਟੀਰੀਅਲ ਤੁਸੀਂ ਇਕੱਠਾ ਕੀਤਾ ਜੀ ਜਸਟ ਵਾਂਟ ਟੂ ਸ਼ੇਅਰ ਅ ਸਟੋਰੀ ਐਕਸ਼ੀ ਇੱਕ ਛੋਟੀ ਜੀ ਸ਼ੇਅਰ ਕਰਨਾ ਚਾਹੁੰਗਾ ਹਾਂਜੀ ਵੀ ਇਹਨਾਂ ਚੋਂ ਜਿਹੜੀਆਂ ਕਿਤਾਬਾਂ ਨੇ ਨਾ ਉਹਾਂ 'ਚ ਇੱਕ ਕਿਤਾਬ ਹੈਗੀ 476 ਦੇ ਉੱਤੇ ਅੱਛਾ ਜੀ ਉਹ ਨਾ ਕਦੇ ਪਬਲਿਸ਼ ਨਹੀਂ ਹੋਈ ਉਹ ਬੁੱਕ ਜਿਹੜੀ ਪਬਲਿਸ਼ਡ ਬੁੱਕ ਨਹੀਂ ਹੈ ਪਰ ਉਹ ਵਾਰ ਰੈਕੋਰਡਸ ਨੇ ਉਹ 476 ਦੇ ਨਾ ਅੱਛਾ ਜੀ ਤੇ ਉਹ ਅਕਵਾਇਰ ਪ੍ਰਾਈਵੇਟਲੀ ਕੀਤੇ ਹੋਏ ਕਿਸੇ ਆਕਸ਼ਨ ਹਾਊਸ ਦੇ ਥਰੂ ਆਏ ਹੈਗੇ ਆ ਤੇ ਉਹ ਇੰਪੋਰਟੈਂਟ ਨੇ ਇਸ ਲਈ ਹੈਗੀ ਆ ਵਾਰ ਹਿਸਟਰੀ ਹੈ ਉਹ ਇਸ ਲਈ ਇੰਪੋਰਟੈਂਟ ਹੈਗੀ ਕਿ 47 64 ਆਫ ਪਾਇਨੀਅਰਸ who landed in Flanders mm. and they were the first six to land there in World War 1 ji 1914 ਦੇ ਵਿੱਚ ਨਾ ਤੇ ਉਥੇ ਗਏ ਤੇ ਇਹਨਾਂ ਨੇ ਫਿਰ ਇਹ ਏਲ ਲੜੇ ਸੋ ਇਹਨਾਂ ਨੇ ਫਰਸਟ ਟਾਈਮ ਉਹ ਦੇਖਿਆ ਜੋ ਹੋ ਰਿਹਾ ਸੀਗਾ ਪਰ ਇਹਦੇ ਕਨੈਕਸ਼ਨ ਇਹ ਵੀ ਆ ਵੀ ਜਦੋਂ ਇਹ ਉਥੇ ਫਲੈਂਡਰਸ ਲੈਂਡ ਹੋ ਰਹੇ ਸੀਗੇ ਤੋਂ ਜਿਹੜੇ ਕਾਮਾ ਘਾਟਾ ਮਾਰੂ ਜਿਹੜੀ ਆ ਇੱਥੋਂ ਵਾਪਸ ਭੇਜੀ ਜਾ ਰਹੀ ਸੀ ਉਹ ਇੱਥੋਂ ਵਾਪਸ ਭੇਜੀ ਜਾ ਰਹੀ ਸੀ ਇੱਕ ਪਾਸੇ ਆਪਾਂ ਲੜ ਰਹੇ ਸੀ ਉਹਨਾਂ ਦੇ ਵਾਸਤੇ ਉਧਰ ਆਪਣੀ ਜਾਨਾਂ ਦੇ ਰਹੇ ਸੀਗੇ ਵਰਲਡ ਵਾਰ 1 ਵਿੱਚ 130000 6 ਜੀ ਜਿਹੜੇ ਉਹ ਲੜੇ ਜੀ ਉਹਨਾਂ ਚੋਂ 1 ਇਨ 4 ਵਾਪਸ ਨਹੀਂ ਆਏ 34000 ਕੈਸ਼ੁਐਲਟੀ ਸੀ ਆਪਣੀਆਂ ਹਮ ਸੋ ਇਹ ਜਿਹੜਾ ਕੰਟਰਾਸਟ ਆ ਉਹ ਸੀ ਉਸੇ Empire ਦਾ ਉਹ ਚੀਜ਼ਾਂ ਜਿਹੜੀਆਂ ਅਮ ਦੇ ਦੇ ਕਾਨਕੋਰਕੀ ਬਟ ओ, आ, दे हैव टू बी ब्रॉट फॉरवर्ड जी बिल्कुल बिल्कुल अच्छा एक ये दियो जैसी जी कि जेडी हुन ਤੁਸੀਂ ਵੀ ਬਾਕੀ ਦੇ ਮੈਮੋਰੀ ਬੈਲੀਆ ਦਾ ਜ਼ਿਕਰ ਵੀ ਕੀਤਾ ਹਾਂਜੀ ਕੁਝ ਜਿਹੜੇ ਸੋਲਜਰਸ ਨੂੰ ਉਹਨਾਂ ਦੀ ਬਰੇਵਰੀ ਵਾਸਤੇ ਵਿਕਟਰੀ ਕਰਾਸ ਮਿਲੇ ਤੇ ਉਹ ਵੀ ਤੁਹਾਡੇ ਕੋਲ ਇਸ ਵੇਲੇ ਹੈਗੇ ਨੇ ਜੀ ਉਹ ਹੈਗੇ ਜੀ ਹਾਂਜੀ ਇਨ ਦਾ ਕਲੈਕਸ਼ਨ यस ਉਹ ਵੀ ਜੀ ਜ ਹੈਗੀਆਂ ਭਾਈ ਜੇ ਤੁਸੀਂ ਪਹਿਲਾ ਸਵਾਲ ਪੁੱਛਿਆ ਸੀ ਕਿਹੜੇ ਜਗ੍ਹਾ ਕਿ ਦੁਨੀਆ ਚ ਕਿੱਥੇ ਆਪਾਂ ਮੈਂ ਉਹ ਅਨਸਰ ਕਰਨਾ ਚਾਹੁੰਦਾ ਕਿਉਂਕਿ ਇਦਾਂ ਸਾਡੀ ਵੰਜਾਰਾ ਨੋਮੈਡ ਉਸੇ ਇੱਕ ਚੀਜ਼ ਵੇਖੋਗੇ ਕਿ ਸਿੱਖ ਡਾਇਸਪੋਰਾ ਦੀ ਗੱਲ ਬਹੁਤ ਹੁੰਦੀ ਆ ਤੇ ਨੋਮੈਡ ਮਤਲਬ ਟਰੈਵਲਿੰਗ ਵਾਂਡਰਿੰਗ ਇਹ ਜਿਹੜੀਆਂ ਚੀਜ਼ਾਂ ਇਦਾਂ ਨਹੀਂ ਕਿ ਪੰਜਾਬ ਜਾ ਕੇ ਉੱਥੇ ਇੱਕ ਲਾਇਬ੍ਰੇਰੀ ਦੇ ਵਿੱਚ ਪਈਆਂ ਇਹ ਚੀਜ਼ਾਂ ਉੱਥੋਂ ਡਿਸਪਰਸ ਹੋਈ ਜਿੱਦਾਂ ਆਪਾਂ ਸਿੱਖ ਆਪ ਹੀ ਡਿਸਪਰਸ ਹੋ ਗਏ ਜੀ ਕਈ ਚੀਜ਼ਾਂ ਬਰਮਾ ਪਈਆਂ ਕਈ ਚੀਜ਼ਾਂ ਆਲ ਕੰਟੀਨੈਂਟਸ ਐਂਡ ਆਂਟਾਰਕਟਿਕਾ ਛੱਡ ਕੇ ਕਹਿ ਦੋ ਹਮ ਇਟਸ ਏਵਰੀਵੇਅਰ ਸੋ ਜੇ ਲੋ ਇਹ ਚੀਜ਼ਾਂ ਸੋਰਸ ਹੁੰਦੀ ਆ ਇਟਸ ਨਾਟ ਕਿ ਇੱਕ ਤਰ੍ਹਾਂ ਦਾ ਕਹਿ ਦੋ ਟ੍ਰੈਜਰ ਹੰਟ ਹੋ ਜਾਂਦਾ ਜੀ ਇਟਸ ਅ ਪੈਸ਼ਨ ਕਿ ਸਾਨੂੰ ਇਹ ਨਹੀਂ ਪਤਾ ਕਿ ਜੇ ਇੱਥੋਂ ਮਿਲੇ ਕਹਿ ਦੋ ਬਰਮਾ ਤੋਂ ਜੀ ਸੇਮ ਚੀਜ਼ ਉੱਥੋਂ ਨਹੀਂ ਮਿਲਣੀ ਨੈਕਸਟ ਟਾਈਮ ਪਾਕਿਸਤਾਨ ਸ਼ੋ ਹੋ ਸਕਦੀ ਹੈ ਕਈ ਚੀਜ਼ਾਂ ਜਿਦਾ ਭਾਈ ਜ ਨੇ ਕਿਹਾ ਸੀਗਾ ਇਨ ਆਰ ਪੰਜਾਬ ਜਾ ਕੇ ਸਾਡੇ ਮਮ ਡੈਡ ਦੇ ਘਰਾਂ ਦੇ ਵਿੱਚ ਜੀ ਸੋ ਐਂਡ ਵੈਂਕੂਵਰ ਡਾਊਨਟਾਊਨ ਯਾ ਸੋ ਇਹ ਚੀਜ਼ਾਂ ਡਿਸਪਰਸ ਹੋ ਗਈਆਂ ਸੋ ਦੈਟਸ ਵਨ ਆਫ ਦ ਬਿਗੇਸਟ ਥਿੰਗਸ ਅਬਾਊਟ ਇਸ ਕੀ ਸਾਨੂੰ ਕਦੀ ਪਤਾ ਨਹੀਂ ਹੁੰਦਾ ਕਿੱਥੇ ਹੋਣਾ ਇਟਸ ਆਲਵੇਸ ਅ ਸਰਪ੍ਰਾਈਜ਼ ਅੱਛਾ ਹੁਣ ਦੇਖੋ ਜਿਵੇਂ ਪਬਲਿਕਲੀ ਤੁਸੀਂ ਹੁਣ ਪੋਰਟਲ ਲਾਂਚ ਕਰ ਰਹੇ ਹੋ ਆਈ ਥਿੰਕ ਹੁਣ ਹੋਣਾ ਕੀ ਆ ਕਿ ਮੂਵਿੰਗ ਫਾਰਵਰਡ ਇਨ ਦਾ ਈਅਰਸ ਟੂ ਕਮ ਤੁਹਾਡੇ ਕੋਲ ਆਪ ਲੋਕਾਂ ਨੇ ਪਹੁੰਚਣਾ ਸ਼ੁਰੂ ਹੋ ਜਾਣਾ ਜੀ ਸਾਡੇ ਕੋਲ ਆ ਮਟੀਰੀਅਲ ਪਿਆ ਦਿਸ ਇਜ਼ ਵਾਟ ਵੀ ਹੈਵ ਦਿਸ ਇਜ਼ ਵਾਟ ਵੀ ਹੈਵ ਦ ਡੇ 1 ਜਦੋਂ ਇਹ ਸਾਰਾ ਕੁਝ ਸ਼ੁਰੂ ਕੀਤਾ ਦੁਨੀਆ ਦੇ ਹੋਰ ਕਿਹੜੇ ਕਿਹੜੇ ਹਿੱਸੇ ਜਿਵੇਂ ਭਾਜੀ ਨੇ ਬਰਮਾ ਦਾ ਜ਼ਿਕਰ ਕੀਤਾ ਹੋਰ ਕੁਝ ਅਜਿਹੇ ਮੁਲਕਾਂ ਦਾ ਦੱਸ ਸਕਦੇ ਹੋ ਜੀ ਜਿੱਥੇ ਬੰਦਾ ਸੋਚ ਵੀ ਨਹੀਂ ਸਕਦਾ ਕਿ ਇੱਥੋਂ ਇਹ ਆਈਟਮ ਇੱਥੋਂ ਇਹ ਪਾਰਟਿਕੂਲਰ ਮਟੀਰੀਅਲ ਮਿਲ ਸਕਦਾ ਸੀ ਜਾਂ ਇੱਥੇ ਪਿਆ ਹੋਇਆ ਸੀ ਕੋਈ ਹੋਰ ਜਹੀ ਐਗਜ਼ਾਮਪਲ ਸ਼ੇਅਰ ਕਰ ਸਕਦੇ ਹੋ ਜਾਨੀ ਜੀ ਆਸਟ੍ਰੇਲੀਆ ਤੋਂ ਅੱਛਾ ਜੀ ਨਿਊਜ਼ੀਲੈਂਡ ਹਮ ਹਾਂ ਡੈਨਮਾਰਕ ਹਮ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਕਲੈਕਸ਼ਨ ਹੈ ਰਾਈਟ ਉੱਥੇ ਆਕਸ਼ਨ ਹਾਊਸ ਹੈ ਹੀ ਇਹਨੇ ਪਰ ਇੱਕ ਬੁੱਕਸਟੋਰ ਹੈ ਪੀਟਰ ਹੈਰਿੰਗਟਨ ਅੱਛਾ ਜੀ ਉਹਨਾਂ ਕੋਲ ਕਾਫੀ ਅੱਛੀ ਕਲੈਕਸ਼ਨ ਹੈ ਆਪਣੇ ਇਤਿਹਾਸ ਦੀ ਹਮ ਬੇਸ਼ੱਕ ਉਹ ਕਿਤਾਬਾਂ ਅੰਗਰੇਜ਼ੀ ਵਿੱਚ ਨੇ ਪਰ ਫੇਰ ਵੀ ਤੁਸੀਂ ਉਹਨਾਂ ਨੂੰ ਪੜ੍ਹ ਕੇ ਤੁਸੀਂ ਦੇਖਦੇ ਹੋ ਕਿ ਉਹ ਸਾਨੂੰ ਕਿੱਦਾਂ ਦੇਖਦੇ ਸੀਗੇ ਜੀ ਇਹ ਵੀ ਸਮਝਣਾ ਜ਼ਰੂਰੀ ਹੈ ਸਾਨੂੰ ਤਾਂ ਪਤਾ ਹੈ ਸੀ ਕਿੱਦਾਂ ਦੇਖਦੇ ਆ ਆਪਣੇ ਆਪ ਨੂੰ ਹਮ ਪਰ ਦੁਨੀਆ ਸਾਨੂੰ ਕਿੱਦਾਂ ਦੇਖਦੀ ਹੈ ਇਹ ਵੀ ਕਾਫੀ ਜ਼ਰੂਰੀ ਹੈ ਕਈ ਵਾਰੀ ਆਈ ਥਿੰਕ ਅਸੀਂ ਆਪਣੇ ਆਪ ਦਾ ਸਾਡਾ ਆਪਣਾ ਵਿਊ ਪੁਆਇੰਟ ਆਪਣੇ ਪ੍ਰਤੀ ਬੜਾ ਡਿਸਟਾਰਟਡ ਹੋ ਜਾਂਦਾ ਜਦੋਂ ਅਸੀਂ ਹਿਸਟੋਰੀਕਲ ਪੁਆਇੰਟ ਆਫ View ਤੋਂ ਦੇਖਦੇ ਆ ਕਿ ਉਦੋਂ ਇਸ ਤਰ੍ਹਾਂ ਦਾ ਅਕਸ ਸੀ ਹਾਂਜੀ ਉਹਦੇ ਤੋਂ ਇਨਸਪੀਰੇਸ਼ਨ ਤੇ ਕੌਨਫੀਡੈਂਸ ਵੀ ਬੜਾ ਮਿਲਦਾ ਹੈ ਜੀ ਬਿਲਕੁਲ ਜੀ ਅੱਛਾ ਇੱਕ ਇਹ ਦੱਸੋਗੇ ਜੀ ਕਿ ਜਿਹੜੀ ਹੁਣ ਆ ਸਾਰੇ ਦਾ ਸਾਰਾ ਮਟੀਰੀਅਲ ਗੈਦਰ ਕੀਤਾ ਹੋਇਆ ਕਦੇ ਮਨ ਦੇ ਵਿੱਚ ਇੱਕ ਖਦਸ਼ਾ ਆਉਂਦਾ ਵੀ ਸਾਨੂੰ ਪਤਾ ਵੀ ਪੜਨ ਦਾ ਰੁਝਾਨ ਬਹੁਤ ਘਟ ਗਿਆ ਹੋਇਆ ਲੋਕਾਂ ਦਾ ਹਾਂਜੀ ਲੋਕਾਂ ਵਾਸਤੇ ਜਦੋਂ ਅਵੇਲੇਬਲ ਕਰਾ ਦੋਗੇ ਆ ਪਹਿਲੀ ਗੱਲ ਤੇ ਅਵੇਲੇਬਲ ਕਿਦਾਂ ਹੋਏਗਾ ਇਹ ਇਹ ਇੱਕ ਲਾਇਬ੍ਰੇਰੀ ਫਾਰਮੈਟ ਆ ਪੀਪਲ ਵਿਲ ਰੈਂਟ ਇਟ ਆਊਟ ਔਰ ਯਾ ਹੈ ਆਨਲਾਈਨ ਪੋਸਟ ਹੋ ਜਾਣੀਆਂ ਨੇ ਚੀਜ਼ਾਂ ਪਹਿਲੀ ਸਾਡੀ ਕੋਸ਼ਿਸ਼ ਹੋਏਗੀ ਕਿ ਪੀਡੀਐਫ ਫਾਈਲਸ ਆਨਲਾਈਨ ਕਰ ਦਈਏ ਜੀ ਉਹਦੇ ਤੋਂ ਬਾਅਦ ਜੇ ਮੇਅਰ ਹੋ ਗਈ ਤਾਂ ਇੱਕ ਮਿਊਜ਼ੀਅਮ ਛੋਟਾ ਜਿਹਾ ਵੈਸਟ ਕੋਸਟ ਆਨਲਾਈਨ ਇੱਥੇ ਉਹ ਅਗੇਨ ਜੇ ਬਾਬੇ ਦੀ ਮੇਰ ਹੋ ਗਈ ਤਾਂ ਜੀ ਸੋ ਉਹ ਸੋਚ ਹੈਗੀ ਉਹ ਜੀ ਸੋ ਉਹਦੇ ਲਈ ਤਾਂ ਨੀਤਾ ਨੂੰ ਮਰਾਦਾ ਹੁੰਦੀ ਹੈ ਜੀ ਜੋ ਤੁਸੀਂ ਮਟੀਰੀਅਲ ਇਕੱਠਾ ਕੀਤਾ ਹੋਇਆ ਇਹ ਵੀ ਆਪਣੇ ਆਪ ਦੇ ਵਿੱਚ ਥਿਸ ਇਜ਼ ਅ ਬਿਗ ਅਕਾਮਪਲਿਸ਼ਮੈਂਟ ਐਂਡ ਯੂਵ ਗਾਟ ਗੁੱਡ ਪਲਾਨਸ ਹਾਂ ਜੀ ਥੈਂਕ ਯੂ ਇਹ ਅਗੇਨ ਉਹ ਇਹ ਸਾਡੇ ਰਾਹੀ ਹੋ ਰਿਹਾ ਮੇਰੇ ਖਿਆਲ ਹੂੰ ਸੋ ਉਹ ਰਾਹੀ ਕੈਸਾ ਆਦੇ ਆਪਾ ਨਾ ਇਹ ਸੋਚ ਵੀ ਮਿਹਰਤ ਬਗੈਰ ਨਹੀਂ ਆਉਂਦੀ ਹਾਂਜੀ ਅ ਸੋ ਲੋਕਾਂ ਵਿੱਚ ਤੁਹਾਨੂੰ ਲੱਗਦਾ ਵੀ ਇਹ ਇਹਨਾਂ ਮਟੀਰੀਅਲਸ ਨੂੰ ਲੈ ਕੇ ਪੜਨ ਦੀ ਚਣਗ ਜ਼ਰੂਰ ਲੱਗਣੀ ਚਾਹੀਦੀ ਹੈ ਜੀ ਪਰ ਅ ਤਾਂ ਇਹ ਮਨ ਦੇ ਵਿੱਚ ਕਦੇ ਖਿਆਲ ਆਉਂਦਾ ਵੀ ਹਾਊ ਵੁੱਡ ਵੀ ਮੋਟੀਵੇਟ ਲੋਕਾਂ ਨੂੰ ਪ੍ਰੇਰਿਤ ਕਿਵੇਂ ਕਰਾਂਗੇ ਵੀ ਪੜੋ ਇਹਨੂੰ ਪੜਨ ਵਾਲੀ ਚੀਜ਼ ਆ ਇਹਨੂੰ ਐਸੀ ਮੋਟੀਵੇਸ਼ਨ ਜਿਹੜੀ ਆ ਬੁਕਸ ਦੀ ਤਾਂ ਇੱਕ ਗੱਲ ਆਪਾਂ ਕੀਤੀ ਪਰ ਇਥੇ ਤੁਸੀਂ ਮੈਡਲਸ ਦੀ ਗੱਲ ਕੀਤੀ ਸੀ ਉਹ ਵਿੱਚ ਹੀ ਰਹਿ ਗਈ ਥੋੜੀ ਜੀ ਜੀ ਦੱਸੋ ਪਲੀਜ਼ ਆਪਣੇ ਕੋਲ ਨਾ ਮੈਡਲਸ ਨੇ ਜਿਹੜੇ ਕਿ ਐਕਵਾਇਰ ਹੋਏ ਆ ਤੇ ਉਹ ਹੈਗੇ ਨੇ ਸਿਪਾਈ ਕਮਲ ਰਾਮ ਦੇ ਨਾਂ ਤੇ ਹੂੰ ਉਹ 8th ਪੰਜਾਬ ਤੇ 3rd ਬਟਾਲੀਅਨ ਦੇ ਸੀਗੇ ਉਹ ਹੂੰ ਉਹਨਾਂ ਨੂੰ ਵਿਕਟੋਰੀਆ ਕ੍ਰਾਸ ਮਿਲਿਆ ਅੱਛਾ ਜੀ ਉਹ ਮਿਲਿਆ ਸੀਗਾ ਇਟਲੀ ਦੇ ਵਿੱਚ 1944 ਦੇ ਵਿੱਚ ਅੱਛਾ ਜੀ ਸੋ ਇਹ ਵਿਜੂਅਲਸ ਵੀ ਹੈਗੇ ਸਾਡੇ ਕੋਲ ਜੀ ਸੋ ਉਹਨਾਂ ਦੀ ਜੇ ਇਫ ਯੂ ਇਫ ਯੂ ਆਈ ਆਈ ਕੈਨ ਸ਼ੇਅਰ देयर ਸਟੋਰੀ ਅ ਲਿਟਲ ਹਿਸ ਸਟੋਰੀ ਜੀ ਜੀ ਉਹ ਸਿਗਾ ਭਈ ਅਮ ਕੈਸੀਨੋ ਦੇ ਵਿੱਚ ਮੌਂਟੇ ਕੈਸੀਨੋ ਇੱਕ ਛੋਟਾ ਜਿਹਾ ਸ਼ਹਿਰ ਹੈ ਉੱਥੇ ਗੁਸਤਾਫ ਲਾਈਨ ਸੀਗੀ ਜਰਮਨਸ ਦੀ ਉਹਨੂੰ ਤੋੜਿਆ ਸਿੰਗਲ ਹੈਂਡਡਲੀ ਦਿਸ ਗਾਇ 19 ਈਅਰ 올 ਕਿਡ ਅੱਛਾ ਜੀ ਠੀਕ ਹੈ ਸੋ ਹੀ ਵੈਂਟ ਐਂਡ 4 ਐਮ ਐਮ ਜੀ ਦੀਆਂ ਜਿਹੜੀਆਂ ਸਿਗੀਆਂ ਉਹ ਜਿਹੜੀਆਂ ਹੁੰਦੀਆਂ ਪੋਸ ਉਹਨਾਂ ਨੂੰ ਡਿਸਟਰੋਏ ਕੀਤਾ ਤੇ ਬ੍ਰਿਟਿਸ਼ ਫੋਰਸਸ ਕੁਡ ਐਕਚੁਅਲੀ ਗੋ ਥਰੂ ਐਂਡ ਕ੍ਰਾਸ ਰਿਵਰ ਗਾਰੀ ਹੂੰ ਸੋ ਕਿੰਗ ਜੋਰਜ 6 ਨੇ ਆ ਕੇ ਇਹਨਾਂ ਨੂੰ ਉੱਥੇ ਹੀ ਮੌਂਟੇ ਕੈਸੀਨੋ ਦੇ ਵਿੱਚ ਇਹਨਾਂ ਨੂੰ ਮੈਡਲ ਦਿੱਤਾ ਜੀ ਅੱਜ ਵੀ ਆਰਮੀ ਦੇ ਕੋਰੀਡੋਰਸ ਦੇ ਵਿੱਚ ਇੰਡੀਅਨ ਆਰਮੀ ਦੇ ਕੋਰੀਡੋਰਸ ਦੇ ਵਿੱਚ ਇਹਨਾਂ ਦਾ ਨਾਮ ਗੂੰਜਦਾ ਹੈ ਹੂੰ ਜਿਹੜੀ ਇੰਡੀਅਨ ਮਿਲਟਰੀ ਅਕੈਡਮੀ ਹੈਗੀ ਹੈ ਉਥੇ ਇਹਨਾਂ ਦੀ ਨਾ ਜਿਸ ਐਕਚੁਅਲੀ ਆਈ ਹੈਵ ਡਨ ਮਾਈ ਟ੍ਰੇਨਿੰਗ ਫਰਮ देयर ਜੀ ਆਫਸਰ ਟ੍ਰੇਨਿੰਗ ਇਨ ਆਈ ਐਮ ਇਨ ਦੇਰਾਦੂਨ ਉਥੇ ਇਹਨਾਂ ਦੇ ਨਾਲ ਹੀ ਅੱਜ ਵੀ ਕੰਪਨੀ ਆ ਅੱਛਾ ਜੀ ਮੌਂਟੇ ਕੈਸੀਨੋ ਕੰਪਨੀ ਹੈਗੀ ਆ ਜੀ ਉਹ ਕਮਲ ਰਾਮ ਦੇ ਓਨਰ ਦੇ ਵਿੱਚ 80 ਸਾਲ ਹੋ ਗਏ ਇਸ ਗੱਲ ਨੂੰ ਹੂੰ ਪਰ ਅੱਜ ਵੀ ਉਹ ਰੈਜ਼ਨੇਟ ਹੁੰਦੀ ਹੈ ਗੱਲ ਸੋ ਜਦੋਂ ਲੋਕ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੇ ਮੈਡਲਸ ਦੇਖੂਗੇ ਜੀ ਵੀ ਸਾਡੇ ਕੋਲ ਹੈਗੇ ਜਿੱਦਾਂ ਉਹ ਅਸੀਂ ਸ਼ੇਅਰ ਕਰਾਂਗੇ ਅਗੇਨ ਗੋਇੰਗ ਬੈਕ ਟੂ ਪ੍ਰੀਜ਼ਰਵ ਜੀ ਲਰਨ ਐਂਡ ਸ਼ੇਅਰ ਜੀ ਸੋ ਥੈਟ ਇਜ਼ ਅ ਹੋਲ ਆਈਡੀਆ ਜਸੀ ਜੀ ਇਹਦੇ ਵਿੱਚ ਮੈਪਸ ਵੀ ਹੈਗੇ ਨੇ ਪੁਰਾਣੇ ਜਦੋਂ ਸਿੱਖ ਜਦੋਂ ਰੂਲ ਸੀਗਾ ਸੋ ਸਿੱਖ ਰਾਜ ਦੇ ਕਿਸ ਤਰ੍ਹਾਂ ਮੈਪਸ ਦੇ ਵਿੱਚ ਤਬਦੀਲੀ ਆਉਂਦੀ ਰਹੀ ਟੈਰਿਟਰੀ ਵੱਧਦੀ ਰਹੀ ਫਿਰ ਕਿਵੇਂ ਘਟੀ ਉਹ ਸਾਰੇ ਮੈਪਸ ਵੀ ਹੈਗੇ ਨੇ ਜੀ ਮੈਪਸ ਹੈਗੇ ਨੇ ਹਾਂਜੀ ਮੈਪਸ ਹੈਗੇ ਨੇ ਮੈਪਸ ਦਾ ਇਹ ਚੀਜ਼ਾਨੂੰ ਪਤਾ ਕਿ ਦੇਰ ਸੋ ਇਨਫਲੂਐਂਸਰ ਆਰ ਇ ਹਿਸਟਰੀ ਦੇ ਵਿੱਚ ਜੀ ਮੈਪਸ ਕਹ ਦੋ ਗੋਇੰਗ ਬੈਕ ਟੂ ਦ ਪਾਰਟੀਸ਼ਨ ਉਸ ਤੋਂ ਪਹਿਲਾਂ ਵੀ ਸਾਰੀਆਂ ਗੱਲਾਂ ਇਹ ਚੀਜ਼ਾਂ ਜਦੋਂ ਆਪਾਂ ਕਹਿੰਦੇ ਮੈਮੋਰੀਬੀਲਿਆ ਉਹ ਲਫਜ਼ ਇਟਸ ਡਸਨਟ ਡੂ ਜਸਟਿਸ ਟੂ ਕਲੈਕਸ਼ਨ ਕੀ ਹੈ ਤਜੇ ਤੁਸੀਂ ਪਹਿਲਾਂ ਕਿਹਾ ਸੀ ਹਾਅਰ ਯੂ ਮੋਟਿਵੇਟ ਮੋਟਿਵੇਟ ਕਿੱਦਾਂ ਕਰਨਾ ਇਹ ਚੀਜ਼ ਸੈਲਫ ਮੋਟਿਵੇਟਿੰਗ ਹ ਹੁਣ ਦੇਖੋ ਮੈਂ ਆਪਾਂ ਸਾਰੇ ਫਰੈਂਡਸ ਆ ਫਿਰ ਇਹ ਇੱਕ ਪੈਸ਼ਨ ਸਾਨੂੰ ਪਤਾ ਨਹੀਂ ਸੀ ਕਿ ਇੱਕ ਦੂਜੇ ਨੂੰ ਕਿ ਇਹ ਪੈਸ਼ਨ ਸਾਡੀ ਹੈਗੀ ਹੈ ਤੁਹਾਡਾ ਫੁੱਲ ਟਾਈਮ ਪ੍ਰੋਫੈਸ਼ਨ ਸਾਰਿਆਂ ਦਾ ਵੱਖਰਾ ਵੱਖਰਾ ਆ ਸੋ ਇਹ ਚੀਜ਼ ਦੇ ਵਿੱਚ ਹੁ ਮੈਂ ਘਰੇ ਜਾ ਕੇ ਇਹ ਗੱਲ ਕਰਾਂ ਮੇਰੀ ਵਾਈਫ ਨਾਲ ਹਮ ਮਾਈ ਵਾਈਫ ਹਜ਼ ਨੈਵਰ ਲੁੱਕਡ ਇਨਟੂ ਸਿੱਖ ਹਿਸਟਰੀ ਕੁਝ ਸੋ ਅੱਜ ਕੱਲ ਆਪਾਂ ਕਰੇ ਬੈਠੇ ਆ ਰਾਤੀ ਬੈਠੇ ਆ ਇਹ ਗੱਲ ਆ ਨੈਚੁਰਲੀ ਹੁਣ ਆਪਾਂ ਚਾਹੁੰਦੇ ਆ ਕਿ ਸਾਡੀ ਹਿਸਟਰੀ ਕੀ ਆ what is actually happening a motivation aap hi mil gaya ji so idda nahi ki mainu baji ne koi book ditti ki aap parho naturally jidhon ehdari cheez hath te vich aa jandi indi purani cheez you can't help but get drawn into the history one step leads to the next one then ji of course hunne samay sade kol bahut thoda hi reh gaya par eh dasso ki website de utte ਹਲੇ ਮਟੀਰੀਅਲ ਪੋਸਟ ਹਲੇ ਹੋਣ ਦਾ ਸਿਲਸਿਲਾ ਸ਼ੁਰੂ ਹੋਣਾ ਜਾਂ ਕੁਝ ਚੀਜ਼ਾਂ ਆਲਰੇਡੀ ਅਵੇਲੇਬਲ ਹੈਗੀਆਂ ਨੇ ਨਹੀਂ ਹਲੇ ਅਸੀਂ ਸ਼ੁਰੂਆਤ ਹੀ ਕੀਤੀ ਹੈ ਜੀ ਸੋ ਥੋੜੀਆਂ ਜੀਆਂ ਚੀਜ਼ਾਂ ਵੈਬਸਾਈਟ ਤੇ ਲੋਡ ਹੋ ਚੁੱਕੀਆਂ ਨੇ ਜੀ ਬਾਕੀ ਆਉਣ ਦੇ ਸਮੇਂ 'ਚ ਜਿੱਦਾਂ ਜਿੱਦਾਂ ਸਮਾਂ ਲੱਗਦਾ ਰਿਹਾ ਉਸੇ ਹਿਸਾਬ ਨਾਲ ਅਸੀਂ ਹੋਰ ਚੀਜ਼ਾਂ ਲੋਡ ਕਰਦੇ ਰਾਵਾਂਗੇ ਲੋਕਾਂ ਤੋਂ ਲੋਕ ਕਿਸ ਤਰ੍ਹਾਂ ਨਾਲ ਤੁਹਾਡੀ ਹੈਲਪ ਕਰ ਸਕਦੇ ਨੇ ਇਸ ਸਾਰੇ ਦੇ ਸਾਰੇ ਪ੍ਰੋਜੈਕਟ ਦੇ ਵਿੱਚ ਸੋਦਰ ਜਿਹੜੀਆਂ ਇਹ ਪੁਰਾਣੀਆਂ ਲਿਖਤਾਂ ਨੇ ਪੁਰਾਣੀਆਂ ਬੁੱਕਸ ਨੇ ਮੈਮੋਰੀਬਿਲਿਆ ਹੈ ਸਿੱਖ ਰਾਜ ਨਾਲ ਸੰਬੰਧਤ ਹੋਰ ਇਤਿਹਾਸ ਨਾਲ ਸੰਬੰਧਤ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਣ ਵਾਟਸ ਦਾ ਬੈਸਟ ਵੇ ਪੀਪਲ ਕੈਨ ਹੈਲਪ ਯੂ ਬੈਸਟ ਵੇ ਇਹ ਜੀ ਵੀ ਜਿਹੜਾ ਇਹ ਪੋਰਟਲ ਆ ਉਹਦੇ ਉੱਪਰ ਡੋਨੇਟ ਬਟਨ ਹੈ ਨੀਗਾ ਓਕੇ ਸੋ ਜਿਹੜੀ ਚੀਜ਼ ਤੁਹਾਡੇ ਕੋਲ ਜਿੱਥੇ ਵੀ ਹੈਗੀ ਆ ਜੀ ਚਾਹੇ ਉਹ ਇੱਕ ਚੀਜ਼ ਆ ਕੋਈ ਕੋਈ ਵੀ ਚੀਜ਼ ਆ ਉਹ ਤੁਸੀਂ ਆਪਣੇ ਆਪ ਚ ਸਾਂਭੋ ਹਮ ਬਸ ਇਹੀ ਮਕਸਦ ਆ ਅਸੀਂ ਥੋੜਾ ਨਿਵਕੇ ਕਹਿਣਾ ਪੈਣਾ ਵੀ ਕਿਸੇ ਤੋਂ ਕੁਝ ਨਹੀਂ ਚਾਹੁੰਦੇ ਜੀ ਤੁਸੀਂ ਆਪਣੀਆਂ ਚੀਜ਼ਾਂ ਖੁਦ ਸੰਭੋ ਹਮ ਜੜਾ ਨਾਲ ਜਿਹੜੀ ਬੈਠੇ ਜੜਾ ਨਾਲ ਜਿਹੜੀ ਆਪਣੀ ਇਹ 나ੜੂਆ ਕਹ ਲੋ ਜਾਂ ਅੰਬਿਲିକਲ ਕੋਰਡ ਆ ਨਾ ਇਹ ਸੁਰਜੀਤ ਰਹਿਣੀ ਚਾਹੀਦੀ ਆ ਆਪਣੀ ਜੀ ਜਿੱਥੋਂ ਆਪਾਂ ਆਏ ਆ ਜਿਹੜੀ ਸੋਚ ਤੋਂ ਉਹ ਉਹ ਸਾਰਿਆਂ ਦੇ ਭਲੇ ਵਾਲੀ ਸੋਚ ਆ ਹਮ ਸਰਬਤ ਦਾ ਭਲਾ ਹੈ ਨਾ ਸੋ ਚੀਜ਼ਾਂ ਅਗੇਨ ਇਹੀ ਹੈਲਪ ਆ ਜਦੋਂ ਇੱਕ ਮੇਰੇ ਦੋਸਤ ਨੇ ਜੌਹਰ ਨਾਲ ਵੈਬਸਾਈਟ ਦੀ ਗੱਲ ਹੋ ਰਹੀ ਸੀ ਜੀ ਤੇ ਉਹ ਮੈਨੂੰ ਕਹਿੰਦੇ ਵੀ ਮੇਰੇ ਕੋਲ ਇੱਕ ਚੀਜ਼ ਪਈ ਹੈ ਮੈਂ ਕਦੀ ਧਿਆਨ ਨਹੀਂ ਦਿੱਤਾ ਕੋਈ ਤਸਵੀਰ ਸੀਗੀ ਤੇ 1900 ਦੀ ਹੈ ਵੰਡ ਦੇ ਟਾਈਮ ਦੀ ਨਾ ਹੁਣ ਮੈਂ ਜਾ ਕੇ ਸਾਂਭਾਂਗਾ ਜੀ ਸੋ ਮੈਨੂੰ ਲੱਗਾ ਵੀ ਥੋੜਾ ਜਿਹਾ ਸਾਡਾ ਕੰਮ ਹੋ ਗਿਆ ਜੀ ਸੋ ਜਿੱਥੇ ਵੀ ਤੁਸੀਂ ਹੈਗੇ ਹੋ ਜੋ ਵੀ ਤੁਹਾਡੇ ਕੋਲ ਹੈਗਾ ਉਹ ਸਾਂਭ ਲਓ ਆਉਂਦੀਆਂ ਜਿਹੜੀਆਂ ਆਪਣੀਆਂ ਜਨਰੇਸ਼ਨ ਉਹਨਾਂ ਲਈ ਜੀ ਆਪਣੇ ਲਈ ਬੇਸ਼ੱਕ ਨਾ ਸੰਭੋ ਇਹਨਾਂ ਰੁੱਖ ਦੀਆਂ ਸ਼ਾਖਾਵਾਂ ਜਿੰਨੀਆਂ ਮਰਜ਼ੀ ਦੂਰ ਤੱਕ ਫੈਲ ਜਾਣ ਪਰ ਰੁੱਖ ਉਹੀ ਫਲਦਾਰ ਹੁੰਦਾ ਜਿਹੜਾ ਜੜਾਂ ਨਾਲ ਜੁੜਿਆ ਹੋਵੇ ਜਿੱਦਿਆ ਜੜਾ ਮਜ਼ਬੂਤ ਹੋਵੇ ਹਾਂਜੀ ਤੇ ਸਾਰਾ ਦਾ ਸਾਰਾ ਐਂਡਵਰ ਜੜਾ ਮਜ਼ਬੂਤ ਕਰਨ ਦਾ ਹੀ ਹੈ ਬਿਲਕੁਲ ਇੱਕ ਹੋਰ ਹੈ ਕਿ ਜਿਹੜਾ ਰੁੱਖ ਹੈ ਜੜਾਂ ਉਹ ਇੱਕ ਗੱਲ ਹੋ ਗਈ ਪਰ ਜਿਹੜਾ ਬੀਜ ਹੈ ਨਾ ਉਹਦੇ ਵਿੱਚ ਵੀ ਆਪਾਂ ਰੁੱਖ ਦੇਖਣ ਦੀ ਆਦਤ ਪਾਈ ਹੈ ਯੈਸ ਸੋ ਸੋ ਵੈਲ ਸੈਡ ਯਾ ਸੋ ਵੈਲ ਸੈਡ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਜੈਂਟਲਮੈਨ ਵੈਬਸਾਈਟ ਮੈਂ ਸੁਣਨ ਵਾਲਾ ਨ vanjara nomad.com w a n j a r a vanjara nomad n o m a d ਜਿਹੜਾ ਅੰਗਰੇਜ਼ੀ ਦਾ ਵਰਡ ਖਾਨਾਬਦੋਸ਼ ਲਈ ਵਰਤਿਆ ਜਾਂਦਾ ਆ ਜਾਂ ਜਿਵੇਂ ਭਾਜੀ ਨੇ ਪਹਿਲਾਂ ਕਿਹਾ ਸੀ ਕਿ ਵਾਂਡਰਿੰਗ ਲਈ ਸੋ vanjara nomad.com ਇਹ ਪੋਰਟਲ ਹੈ ਜਿਹਦੇ ਉੱਪਰ ਇਹ ਪੁਰਾਣੀਆਂ ਲਿਖਤਾਂ ਕਿਤਾਬਾਂ ਸਿੱਖ ਰਾਜ ਨਾਲ ਸੰਬੰਧਤ ਤੇ ਹੋਰ ਜਿਹੜਾ ਮੈਮੋਰੀਬਿਲਿਆ ਹੈ ਵਰਲਡ ਵਾਰ ਨਾਲ ਸੰਬੰਧਤ ਇਸ ਵੈਬਸਾਈਟ ਤੇ ਕੁਝ ਚੀਜ਼ਾਂ ਪੋਸਟ ਕਰ ਦਿੱਤੀਆਂ ਗਈਆਂ ਨੇ ਕੁਝ ਚੀਜ਼ਾਂ ਆਉਂਦੇ ਸਮੇਂ ਦੇ ਵਿੱਚ ਹੋਰ ਪੋਸਟ ਹੁੰਦੀਆਂ ਰਹਿਣਗੀਆਂ ਤੇ ਜਿਹੜੀਆਂ ਚੀਜ਼ਾਂ ਨਿਸ਼ਾਨੀਆਂ ਪ੍ਰਾਣੀਆਂ ਤੁਹਾਡੇ ਕੋਲ ਪਈਆਂ ਨੇ ਉਹਨਾਂ ਨੂੰ ਸੰਭਾਲੋ ਜ਼ਰੂਰ ਆਈ ਥਿੰਕ ਇਹ ਸਭ ਤੋਂ ਵੱਡਾ ਟੇਕ ਅਵੇ ਆ ਇਸ ਸਾਰੀ ਕਨਵਰਸੇਸ਼ਨ ਦੇ ਵਿੱਚੋਂ ਅ ਜਸੀਤਨ ਜੂਜੀ ਸਨੀ ਕਰੋੜ ਜੀ ਤੇ ਰਾਜ ਸਿੰਘ ਪੰਡਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ